दोस्तों जेकर तुहानू कहा जावे कि इस धरती ते अजिहे भी देश हन जिथे 6 महीने दिन ते 6 महीने रात रहिंदी है तां तुसीं की कहोगे। पहली गल तां इह कि असीं इस गल ते यकीन ही नहीं करांगे, पर जदों असीं इस ते रिसर्च करदे हाँ तां पता लगदा है कि इह बिल्कुल ही सच है। हाँ जी दोस्तों, इस दुनिया विच अजिहे भी देश हन जिथे कई महीनों तक दिन ते कई महीनों तक रात ही रहिंदी है। इस दे नाल ही तुसीं सोचदे होवोगे कि इन्हां जगहां उत्ते इंसान नहीं रहिंदे होणगे, तां मैं दस देवां कि तुहाडा सोचना भी गलत है, क्योंकि इन्हां जगहां ते बकायदा वड्डे वड्डे शहर वसे हुए हन। दिन रात अलग होण दी वजह नाल इन्हां दी डेली लाइफ थोड़ी बहुत अलग जरूर हुंदी है, पर ज़्यादा कोई फर्क नहीं हुंदा। तां दोस्तों हुण असीं गल करांगे दुनिया दे 5 अजिहे देश जिथे साल विच 6 महीने दिन ते 6 महीने रात रहिंदी है। नंबर 1 नॉर्वे। ਤਾਂ ਦੋਸਤੋ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਅਤੇ 7 ਜਾਂ ਫਿਰ 8 ਘੰਟੇ ਬਾਅਦ ਉੱਠਦੇ ਹੋ ਤਾਂ ਸੂਰਜ ਨੂੰ ਦੇਖ ਕੇ ਇੱਕ ਨਵੀਂ ਸਵੇਰ ਦਾ ਅਹਿਸਾਸ ਹੁੰਦਾ ਹੈ। ਪਰ ਜੇਕਰ ਤੁਹਾਡੀ ਸਵੇਰ ਹੀ ਕਈ ਮਹੀਨਿਆਂ ਬਾਅਦ ਹੋਵੇਗੀ ਤਾਂ ਤੁਸੀਂ ਕੀ ਕਰੋਗੇ? ਤੁਹਾਡਾ ਤਾਂ ਪਤਾ ਨਹੀਂ, ਪਰ ਮੇਰਾ ਦਿਲ ਤਾਂ ਬਹੁਤ ਖੁਸ਼ ਹੋ ਜਾਵੇਗਾ। ਜੇਕਰ ਤੁਹਾਨੂੰ ਵੀ ਇਹੋ ਜਿਹੀ ਘਟਨਾ ਦਾ ਮਜ਼ਾ ਲੈਣਾ ਹੈ ਤਾਂ ਚਲੋ ਚੱਲਦੇ ਹਾਂ ਯੂਰਪ ਦੇ ਨਾਰਵੇ ਦੇਸ਼ ਵਿੱਚ। ਦੋਸਤੋ ਯੂਰਪ ਵਿੱਚ ਸਥਿਤ ਇਸ ਦੇਸ਼ ਨੂੰ ਨਾਈਟ ਕੰਟਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਧਰਤੀ ਦੇ ਨੌਰਥ ਪੋਲ 'ਤੇ ਸਥਿਤ ਹੋਣ ਦੇ ਕਾਰਨ ਇਹ ਦੇਸ਼ ਬਹੁਤ ਹੀ ਠੰਡਾ ਹੈ। ਇਸ ਦੇਸ਼ ਦੇ ਹੈਮਰਫੈਸਟ ਨਾਮ ਦੇ ਸ਼ਹਿਰ ਦੇ ਵਿੱਚ ਮਈ ਤੋਂ ਅਗਸਤ ਮਹੀਨੇ ਵਿੱਚ 80 ਦਿਨਾਂ ਦੇ ਲਈ ਸੂਰਜ ਡੁੱਬਦਾ ਹੀ ਨਹੀਂ, ਅਤੇ ਦੋਸਤੋ ਸਾਲ ਦੀਆਂ ਜ਼ਿਆਦਾਤਰ ਰਾਤਾਂ ਇੱਥੇ ਸੂਰਜ ਦੀ ਰੋਸ਼ਨੀ ਵਿੱਚ ਹੀ ਨਿਕਲਦੀਆਂ ਹਨ। ਅਤੇ ਸਾਡੀ ਲਿਸਟ ਵਿੱਚ ਨੰਬਰ 2 'ਤੇ ਹੈ ਆਇਰਲੈਂਡ। ਦੋਸਤੋ ਜੇਕਰ ਤੁਸੀਂ ਮਈ ਤੋਂ ਜੂਨ ਮਹੀਨੇ ਵਿੱਚ ਆਇਰਲੈਂਡ ਵਿੱਚ ਹੋ ਅਤੇ ਤੁਸੀਂ ਕਿਸੇ ਨਾਈਟ ਟ੍ਰਿਪ 'ਤੇ ਜਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਨਾਮੁਮਕਿਨ ਹੋਵੇਗਾ, ਕਿਉਂਕਿ ਆਈਸਲੈਂਡ ਵਿੱਚ ਰਾਤ ਹੀ ਨਹੀਂ ਹੁੰਦੀ। ਇੱਥੇ ਮਈ ਤੋਂ ਜੂਨ ਮਹੀਨੇ ਵਿੱਚ ਸੂਰਜ ਕਦੇ ਡੁੱਬਦਾ ਹੀ ਨਹੀਂ ਹੈ। ਅੱਧੀ ਰਾਤ ਦੇ ਸਮੇਂ ਵੀ ਇੱਥੇ ਸੂਰਜ ਆਪਣੀ ਰੋਸ਼ਨੀ ਫੈਲਾਈ ਰੱਖਦਾ ਹੈ। ਕੁਦਰਤ ਦੇ ਇਸ ਮਨਮੋਹਕ ਨਜ਼ਾਰੇ ਨੂੰ ਦੇਖਣ ਦੇ ਲਈ ਇਹਨਾਂ ਦਿਨਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਘੁੰਮਣ ਦੇ ਲਈ ਆਉਂਦੇ ਹਨ। ਇਸ ਦੇਸ਼ ਦੇ ਲੋਕਾਂ ਨੂੰ ਗੋਲਫ ਖੇਡਣਾ ਬਹੁਤ ਪਸੰਦ ਹੁੰਦਾ ਹੈ, ਉਹ ਵੀ ਰਾਤ ਦੇ 12 ਵਜੇ, ਕਿਉਂਕਿ ਇਸ ਸਮੇਂ ਵੀ ਇੱਥੇ ਸੂਰਜ ਡੁੱਬਦਾ ਨਹੀਂ ਹੈ। ਅਤੇ ਹਾਂ ਦੋਸਤੋ, ਇਸ ਦੇਸ਼ ਦੇ ਵਿੱਚ ਆਰਮੀ ਵੀ ਨਹੀਂ ਹੈ ਅਤੇ ਨਾ ਹੀ ਇਸ ਦੇਸ਼ ਦੇ ਵਿੱਚ ਪੁਲਿਸ ਦੇ ਕੋਲ ਕੋਈ ਹਥਿਆਰ ਹੁੰਦੇ ਹਨ, ਕਿਉਂਕਿ ਇਸ ਦੇਸ਼ ਦਾ ਕ੍ਰਾਈਮ ਰੇਟ ਹੀ ਬਿਲਕੁਲ 0 ਹੈ। ਇਸ ਲਈ ਇਸ ਦੇਸ਼ ਨੂੰ ਘੁੰਮਣ ਦੇ ਲਈ ਇੱਕ ਵਧੀਆ ਦੇਸ਼ ਮੰਨਿਆ ਜਾਂਦਾ ਹੈ। ਸਾਡੀ ਲਿਸਟ ਵਿੱਚ ਨੰਬਰ 3 'ਤੇ ਹੈ ਫਿਨਲੈਂਡ। ਦੋਸਤੋ ਜੇਕਰ ਤੁਸੀਂ ਕਦੇ ਨਾ ਕਦੇ ਫਿਨਲੈਂਡ ਪਹੁੰਚ ਗਏ ਤਾਂ ਤੁਹਾਨੂੰ ਦਿਨ ਅਤੇ ਰਾਤ ਦਾ ਚੱਕਰ ਸਮਝ ਹੀ ਨਹੀਂ ਆਵੇਗਾ, ਕਿਉਂਕਿ ਇੱਥੇ 24 ਘੰਟਿਆਂ ਦੇ ਵਿੱਚੋਂ 23 ਘੰਟੇ ਤਾਂ ਸੂਰਜ ਉੱਗੇ ਹੀ ਰਹਿੰਦਾ ਹੈ। ਅਤੇ ਇਹ ਸਮਾਂ ਹੁੰਦਾ ਹੈ ਮਈ ਤੋਂ ਲੈ ਕੇ ਸਤੰਬਰ ਦੇ ਮਹੀਨੇ ਵਿੱਚ। ਹਜ਼ਾਰਾਂ ਹੀ ਝੀਲਾਂ ਦੇ ਆਈਲੈਂਡ ਦੇ ਨਾਲ ਸਜੇ ਹੋਏ ਇਸ ਦੇਸ਼ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਸੂਰਜ ਛੁਪਦਾ ਹੀ ਨਹੀਂ ਹੈ। ਅਤੇ ਇਹ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਵੀ ਹੈ ਅਤੇ ਇੱਥੇ ਕ੍ਰਾਈਮ ਰੇਟ ਵੀ ਨਾ ਮਾਤਰ ਹੀ ਹੈ। ਤਾਂ ਸਾਡੀ ਲਿਸਟ ਵਿੱਚ ਨੰਬਰ 4 'ਤੇ ਹੈ ਦੋਸਤੋ ਸਵੀਡਨ। ਦੋਸਤੋ ਇੱਥੇ ਮਈ ਦੀ ਸ਼ੁਰੂਆਤ ਤੋਂ ਲੈ ਕੇ ਅਗਸਤ ਮਹੀਨੇ ਦੇ ਅੰਤ ਤੱਕ ਸੂਰਜ ਅੱਧੀ ਰਾਤ ਤੋਂ ਬਾਅਦ ਸਿਰਫ 2 ਘੰਟੇ ਲਈ ਹੀ ਡੁੱਬਦਾ ਹੈ ਅਤੇ ਕਰੀਬ 4 ਵਜੇ ਫਿਰ ਤੋਂ ਉੱਗ ਪੈਂਦਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਸਾਲ ਦੇ ਸਿਰਫ 6 ਮਹੀਨੇ ਹੀ ਸੂਰਜ ਦੇਖਣ ਨੂੰ ਮਿਲਦਾ ਹੈ। ਦੋਸਤੋ ਇਹ ਦੇਸ਼ ਸਮੁੰਦਰ, ਝੀਲਾਂ ਅਤੇ ਪਹਾੜਾਂ ਦੇ ਨਾਲ ਘਿਰਿਆ ਹੋਇਆ ਇੱਕ ਬਹੁਤ ਹੀ ਖੂਬਸੂਰਤ ਦੇਸ਼ ਵੀ ਹੈ ਅਤੇ ਇਹ ਯੂਰਪ ਦਾ 5ਵਾਂ ਸਭ ਤੋਂ ਵੱਡਾ ਦੇਸ਼ ਵੀ ਹੈ। ਦੋਸਤੋ ਸਾਡੀ ਲਿਸਟ ਵਿੱਚ ਆਖਰੀ ਅਤੇ 5ਵੇਂ ਨੰਬਰ 'ਤੇ ਹੈ ਅਲਾਸਕਾ। ਦੋਸਤੋ ਕਦੇ ਅਲਾਸਕਾ ਰਸ਼ੀਆ ਦਾ ਹਿੱਸਾ ਹੋਇਆ ਕਰਦਾ ਸੀ, ਪਰ ਅਮਰੀਕਾ ਨੇ ਇਹ ਜਗ੍ਹਾ ਰਸ਼ੀਆ ਤੋਂ ਬਹੁਤ ਹੀ ਘੱਟ ਦਾਮ 'ਤੇ ਖਰੀਦ ਲਈ ਸੀ ਅਤੇ ਇਹ ਅੱਜ ਅਮਰੀਕਾ ਦਾ ਇੱਕ ਮਹੱਤਵਪੂਰਨ ਸਟੇਟ ਵੀ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਗਲੇਸ਼ੀਅਰਾਂ ਦੀ ਲਿਸਟ ਵਿੱਚ ਨੰਬਰ 1 'ਤੇ ਰੱਖਿਆ ਜਾਂਦਾ ਹੈ। ਦੋਸਤੋ ਅਲਾਸਕਾ ਦੀਆਂ ਕਈ ਜਗ੍ਹਾਵਾਂ 'ਤੇ ਮਈ ਤੋਂ ਲੈ ਕੇ ਜੁਲਾਈ ਦੇ ਮਹੀਨੇ ਵਿੱਚ ਸੂਰਜ ਡੁੱਬਦਾ ਹੀ ਨਹੀਂ। ਇੱਥੇ ਸੂਰਜ ਦੀ ਧਰਤੀ ਦੇ ਨਾਲ ਇਹੋ ਜਿਹੀ ਲੁਕਣ ਮਿੱਚੀ ਚੱਲਦੀ ਹੈ ਕਿ ਜਿਸ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ। ਇੱਥੇ ਰਾਤ 12:30 ਦੇ ਕਰੀਬ ਸੂਰਜ ਛਿਪਦਾ ਹੈ ਅਤੇ ਠੀਕ 52 ਮਿੰਟ ਤੋਂ ਬਾਅਦ ਦੁਬਾਰਾ ਸੂਰਜ ਨਿਕਲ ਆਉਂਦਾ ਹੈ। ਅਲਾਸਕਾ ਆਈਲੈਂਡ ਆਪਣੀ ਖੂਬਸੂਰਤੀ ਦੇ ਨਾਲ ਨਾਲ ਪਹਾੜਾਂ ਅਤੇ ਝੀਲਾਂ ਦੇ ਲਈ ਵੀ ਮਸ਼ਹੂਰ ਹੈ। ਸੂਰਜ ਦੀ ਰੋਸ਼ਨੀ ਇੱਥੋਂ ਦੀ ਸੁੰਦਰਤਾ ਨੂੰ 4 ਚੰਨ ਲਗਾ ਦਿੰਦੀ ਹੈ। ਤਾਂ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।